ਦਸ਼ਮੇਸ਼ ਪਿਤਾ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੋ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਬੀਤੇ ਕੱਲ੍ਹ ਤੋਂ ਰਵਾਨਾ ਹੋਇਆ ਸੀ ਤਾਂ ਰਾਤ ਦਾ ਠਹਿਰਾਓ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਣ ਤੋਂ ਬਾਅਦ ਅੱਜ ਨਗਰ ਕੀਰਤਨ ਆਪਣੇ ਅਗਲੇ ਪੜਾਅ ਦੇ ਵੱਲ ਸ੍ਰੀ ਚਮਕੌਰ ਸਾਹਿਬ ਤੋਂ ਰਵਾਨਾ ਹੋ ਰਿਹਾ। ਤਸਵੀਰਾਂ ਨਗਰ ਕੀਰਤਨ ਦੀਆਂ ਤੁਸੀਂ ਵੇਖ ਸਕਦੇ ਹੋ, ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਤਾਂ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਵੀ ਸਵੇਰੇ ਠੰਡ ਹੋਣ ਦੇ ਬਾਵਜੂਦ ਤਿਆਰ ਬਰ ਤਿਆਰ ਹੋ ਕੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੇ ਨੇ ਤੇ ਗੱਤਕੇ ਦੇ ਜਿਹੜੇ ਜੌਹਰ ਨੇ ਉਹ ਬੱਚਿਆਂ ਵੱਲੋਂ ਦਿਖਾਏ ਜਾ ਰਹੇ ਨੇ। ਤੁਸੀਂ ਵੇਖ ਸਕਦੇ ਹੋ ਬੱਚਿਆਂ ਦੇ ਵਿੱਚ ਉਤਸ਼ਾਹ ਹੈਗਾ ਤੇ ਉਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਦਾ ਹਿੱਸਾ ਬਣ ਰਹੀਆਂ ਨੇ। ਵੇਖ ਸਕਦੇ ਹੋ ਤੁਸੀਂ ਨਗਰ ਕੀਰਤਨ ਜਿਹੜਾ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਜਿਹੜਾ ਆਰੰਭ ਹੋਇਆ ਅੱਜ ਦਾ ਦੂਸਰਾ ਦਿਨ ਨਗਰ ਕੀਰਤਨ ਦਾ ਹੈਗਾ। ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਆਪਣੇ ਅਗਲੇ ਪੜਾਅ ਵੱਲ ਜਿਹੜਾ ਅੱਗੇ ਵੱਧ ਰਿਹਾ ਹੈਗਾ। ਤਾਂ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ ਜਾਂ ਹੋਰ ਸੰਗਤਾਂ ਹੁਣ ਇਸ ਨਗਰ ਕੀਰਤਨ ਦਾ ਹਿੱਸਾ ਬਣੀਆਂ ਹੋਈਆਂ ਨੇ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਵੀ ਨੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੇ ਨੇ। ਚੰਦੂਮਾ ਸਾਹਿਬ, ਕਿਸ ਤਰੀਕੇ ਨਾਲ ਦੇਖਦੇ ਹੋ ਪੰਥਕ ਹਲਕਿਆਂ ਦੇ ਵਿੱਚ ਜਦੋਂ ਚਰਚਾਵਾਂ ਹੁੰਦੀਆਂ ਨੇ ਜਾਂ ਪੰਥਕ ਗਤੀਵਿਧੀਆਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਦੋਂ ਇਸ ਨਗਰ ਕੀਰਤਨ ਪਿੰਡਾਂ ਦੇ ਵਿੱਚੋਂ ਲੰਘਦੇ ਨੇ, ਕਿੰਨੇ ਕੁ ਪ੍ਰੇਰਨਾ ਦਾ ਸਰੋਤ ਜਿਹੜਾ ਖਾਸ ਤੌਰ ਦੇ ਉੱਤੇ ਨੌਜਵਾਨਾਂ ਲਈ ਹੈ? ਦੇਖੋ, ਕੱਲ ਦਾ ਨਗਰ ਕੀਰਤਨ ਰਵਾਨਾ ਹੋਇਆ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ, ਪਿੰਡਾਂ ਦੇ ਵਿੱਚ ਜਿਹੜੇ ਕੱਲ ਹਾਜ਼ਰ ਨਹੀਂ ਹੋ ਸਕੇ, ਬਹੁਤ ਲੋਕਾਂ ਦੇ ਸੁਨੇਹੇ ਆ ਰਹੇ ਵੀ ਸਾਨੂੰ ਦੱਸਿਆ ਨਹੀਂ, ਪਤਾ ਨਹੀਂ ਲੱਗਿਆ ਅਸੀਂ ਅੱਜ ਕਿੱਥੇ ਨੂੰ ਜਾਣਾ ਨਗਰ ਕੀਰਤਨ। ਜਿਹੜੇ ਕੁੱਲ ਮਿਲਾ ਕੇ ਆ ਵੀ ਲੋਕਾਂ ਵਿੱਚ ਇਸ ਨਗਰ ਕੀਰਤਨ ਪ੍ਰਤੀ ਬਹੁਤ ਹੀ ਸ਼ਰਧਾ ਔਰ ਬੜਾ ਹੀ ਸਤਿਕਾਰ ਆ ਵੀ ਚਾਹ ਵੀ ਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ। ਅੱਜ ਸਾਨੂੰ ਯਾਦ ਆਉਂਦਾ ਕਿ ਗੁਰੂ ਸਾਹਿਬ ਪਟਨਾ ਸਾਹਿਬ ਪ੍ਰਕਾਸ਼ ਹੋਇਆ ਅਤੇ ਪੰਜਾਬ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ 'ਤੇ ਆ ਕੇ ਉਹਨਾਂ ਨੇ ਕਰਮ ਭੂਮੀ ਬਣਾਈ ਅਤੇ ਜਾਬਰ ਜ਼ਾਲਮ ਹਕੂਮਤਾਂ ਦੇ ਨਾਲ ਉਹਨਾਂ ਨੇ ਟਕਰਾਅ ਕੀਤਾ ਅਤੇ ਹੱਕ ਸੱਚ ਇਨਸਾਫ ਲਈ ਜੂਝਣ ਦੀ ਸਾਨੂੰ ਯਾਦ ਸਿਖਾਈ। ਗੁਰੂ ਸਾਹਿਬ ਦਾ ਇੱਕ ਖਾਲਸੇ 'ਤੇ ਆਪਣੇ 'ਤੇ ਇੱਕ ਤਵੱਕੋ ਸੀ ਕਿ ਮੇਰਾ ਖਾਲਸਾ ਆਪਣੇ ਅੱਖਾਂ ਦੇ ਸਾਹਮਣੇ ਜ਼ੁਲਮ ਹੁੰਦਾ ਨਹੀਂ ਸਹਿਣ ਕਰੇਗਾ। ਉਹਨਾਂ ਦਾ ਇੱਕ ਕੰਸੈਪਟ ਸੀ ਵੀ ਜਿੰਨਾ ਜ਼ੁਲਮ ਕਰਨਾ, ਜਿੰਨਾ ਅੱਤਿਆਚਾਰ ਕਰਨਾ ਭੈੜਾ, ਉਨਾ ਹੀ ਅੱਖਾਂ ਦੇ ਸਾਹਮਣੇ ਜ਼ੁਲਮ ਸਹਿਣਾ ਭੈੜਾ। ਸੋ ਇਸ ਲਈ ਆਹ ਜਿਹੜਾ ਨਗਰ ਕੀਰਤਨ ਸਮੇਂ ਦੀਆਂ ਸਰਕਾਰਾਂ ਲਈ ਇੱਕ ਲਲਕਾਰ ਵੀ ਆ। ਜਾਬਰ ਜ਼ਾਲਮ ਹਕੂਮਤਾਂ ਜਿਹੜੀਆਂ ਲੋਕਾਂ ਦੇ ਹੱਕ ਖੋਹਦੀਆਂ ਨੇ, ਜਿਹੜੀਆਂ ਲੋਕਾਂ ਦੇ ਹੱਕਾਂ ਨੂੰ ਕੁਤਲ ਕੇ ਆਪਣੀ ਧੌਂਸ ਦਿਖਾਉਂਦੀਆਂ ਨੇ, ਹੈਂਕੜ ਦਿਖਾਉਂਦੀਆਂ ਨੇ, ਉਹਨਾਂ ਹਕੂਮਤਾਂ ਨੂੰ ਚੈਲੰਜ ਕਰਨ ਲਈ, ਲਲਕਾਰਨ ਲਈ ਇਸ ਤਰ੍ਹਾਂ ਦੇ ਨਗਰ ਕੀਰਤਨ ਜਿਹੜੇ ਨੇ ਖਾਲਸੇ ਅੰਦਰ ਬੜੀ ਸ਼ਕਤੀ ਭਰਦੇ ਨੇ ਔਰ ਮਾਣ ਭਰਦੇ ਨੇ ਔਰ ਉਹ ਗੱਲਾਂ ਯਾਦ ਕਰਾਉਂਦੇ ਨੇ ਜਿਹੜੀਆਂ ਗੁਰੂ ਸਾਹਿਬ ਨੇ ਆਸ ਕੀਤੀ ਸੀ ਔਰ ਉਸ ਖਾਲਸੇ 'ਤੇ ਤਵੱਕੋ ਕੀਤੀ ਸੀ। ਔਰ ਕਿਸੇ ਨੇ ਕਿਹਾ, ਅਕਾਲ ਕਾ ਨਾਰਾ ਮਾਰਾ ਥਾ ਗੋਬਿੰਦ ਕੇ ਗਾਜੀ ਸਿੰਘੋ ਨੇ, ਭੈ ਭੀਤ ਹੋਈ ਔਰ ਕਾਂਪ ਉੱਠੀ, ਉਹ ਮਾਨ ਮੱਦੀ ਤੁਰਕਾਨੀ ਥੀ, ਪੰਜਾਬ ਕੇ ਵੇਲੇ ਸ਼ਾਹਦ ਹੈ ਲਟਕੀ ਹੋਈ ਜਿਨਵੇਂ ਲੀਰੇ, ਉਸ ਬਾਗ ਰਹੇ ਦੁਰਾਨੀ ਕੀ ਸਲਵਾਰ ਜਹਾਂ ਉਲਝਾਨੀ ਥੀ। ਕਹਿੰਦੇ ਮਤਲਬ ਪੰਜਾਬ ਦੇ ਵੇਲਿਆਂ ਵਿੱਚ ਦੁਰਾਨੀ ਦੇ ਸਿਪਾਹੀਆਂ ਦੀਆਂ ਸਲਵਾਰਾਂ ਦੀਆਂ ਟਾਕੀਆਂ ਲਟਕੀਆਂ ਹੋਈਆਂ ਅੱਜ ਵੀ ਗਵਾਹੀ ਭਰਦੀਆਂ ਕਿ ਕਿਵੇਂ ਖਾਲਸੇ ਨੇ ਜਕਾਰੇ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ਾ ਬੋਲੇ ਸੌ ਨਿਹਾਲ ਦਾ ਨਾਰਾ ਦੇ ਕੇ ਕਿਵੇਂ ਜਾਬਰ ਜ਼ਾਲਮ ਹਕੂਮਤਾਂ ਨੂੰ ਪੰਜਾਬ ਦੀ ਧਰਤੀ ਤੋਂ ਭਜਾਇਆ ਸੀ।
ਬਿਲਕੁਲ ਅੱਜ ਵੀ ਬੋਲੇ ਸੋਨੇਹਾਲ ਦੇ ਜੈਕਾਰਿਆਂ ਦੇ ਨਾਲ ਇਸ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੈ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਹੋਈ ਹੈ। ਤਸਵੀਰਾਂ ਦੇ ਜ਼ਰੀਏ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦਾ ਹਿੱਸਾ ਬਣ ਰਹੀਆਂ ਨੇ ਤੇ ਨਾਲ ਦੇ ਨਾਲ ਜਿਹੜੇ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ ਹੋਵੇ ਜਾਂ ਪੰਥਕ ਜਿਹੜੇ ਆਗੂ ਹੋਣ ਉਹ ਵੀ ਇਸ ਨਗਰ ਕੀਰਤਨ ਦਾ ਹਿੱਸਾ ਬਣ ਰਹੇ ਨੇ। ਸ਼੍ਰੋਮਣੀ ਕਮੇਟੀ ਵੱਲੋਂ ਵੱਡਾ ਉਪਰਾਲਾ ਜਿਹੜਾ ਨਗਰ ਕੀਰਤਨ ਦਾ ਇਹ ਕੀਤਾ ਗਿਆ ਹੈਗਾ। ਬੀਤੇ ਕੱਲ੍ਹ ਤੋਂ ਇਹ ਨਗਰ ਕੀਰਤਨ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਜਿਹੜਾ ਰਵਾਨਾ ਹੋਇਆ ਸੀਗਾ ਤਾਂ ਰਾਤ ਦਾ ਠਹਿਰਾਓ ਜਿਹੜਾ ਹੈਗਾ ਚਮਕੌਰ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਹੋਣ ਤੋਂ ਬਾਅਦ ਅੱਜ ਨਗਰ ਕੀਰਤਨ ਆਪਣੇ ਅਗਲੇ ਪੜਾਅ ਦੇ ਵੱਲ ਇੱਥੋਂ ਅੱਗੇ ਵੱਧ ਰਿਹਾ ਹੈਗਾ। ਸ਼ਹੀਦਾਂ ਦੀ ਇਸ ਪਵਿੱਤਰ ਧਰਤੀ 'ਤੇ ਰਾਤ ਦਾ ਠਹਿਰਾਓ ਕਰਨ ਤੋਂ ਬਾਅਦ ਸਵੇਰੇ ਅਰਦਾਸ ਕਰਨ ਉਪਰੰਤ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਇਹ ਨਗਰ ਕੀਰਤਨ ਦੀ ਜਿਹੜੀ ਰਵਾਨਗੀ ਹੋਈ ਹੈ ਪੰਜ ਪੈਰਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੇਠ ਜਿਹੜਾ ਨਗਰ ਕੀਰਤਨ ਹੈ ਉਹ ਸਜਾਇਆ ਜਾ ਰਿਹਾ। ਤੁਸੀਂ ਵੇਖ ਸਕਦੇ ਹੋ ਵੀ ਤਸਵੀਰਾਂ ਦੇ ਜ਼ਰੀਏ ਸਿੱਧੀਆਂ ਤਸਵੀਰਾਂ ਤੁਹਾਨੂੰ ਨਗਰ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਸ ਨਗਰ ਕੀਰਤਨ ਦਾ ਹਿੱਸਾ ਬਣ ਰਹੇ ਨੇ। ਪੰਜ ਪੈਰਾਂ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੇਠ ਨਗਰ ਕੀਰਤਨ ਸਜਾਇਆ ਜਾ ਰਿਹਾ। ਮੇਰੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਭਾਈ ਅਮਰਜੀਤ ਸਿੰਘ ਚਾਵਲਾ ਨਾਲ ਗੱਲ ਕਰਦੇ ਚਾਵਲਾ ਸਾਹਿਬ ਕਿੱਦਾਂ ਦੇਖਦੇ ਹੋ ਜਦੋਂ ਅਜਿਹੀਆਂ ਗਤੀਵਿਧੀਆਂ ਧਾਰਮਿਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਤਾਂ ਖਾਸ ਤੌਰ ਦੇ ਉੱਤੇ ਪਿੰਡਾਂ ਦੇ ਵਿੱਚੋਂ ਜਦੋਂ ਨਗਰ ਕੀਰਤਨ ਲੰਘਦਾ ਹੈ ਸ਼ਸਤਰ ਦੇਖਦੇ ਨੇ ਲੋਕ ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਪ੍ਰੇਰਨਾਦਾਇਕ ਜਿਹੜੇ ਨੇ ਅਜਿਹੀਆਂ ਗਤੀਵਿਧੀਆਂ ਰਹਿੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਮੁਬਾਰਕ ਦਿਹਾੜਾ ਕਿ ਜਦੋਂ ਤਖ਼ਤ ਕੇਸਗੜ੍ਹ ਸਾਹਿਬ ਤੋਂ ਜੋ ਨਗਰ ਕੀਰਤਨ ਕੱਲ 10 ਤਰੀਕ ਨੂੰ ਆਰੰਭ ਹੋਇਆ ਸੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਅੱਜ ਰਾਤ ਦਾ ਵਿਸ਼ਰਾਮ ਚਮਕੌਰ ਸਾਹਿਬ ਕਰਨ ਉਪਰੰਤ ਅਗਲੇ ਪੜਾਅ ਰਾਤ ਦਾ ਵਿਸ਼ਰਾਮ ਆਲਮਗੀਰ ਵੱਲ ਵਧਿਆ। ਇਹ ਜੋ ਨਗਰ ਕੀਰਤਨ ਹੈ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਜਿੱਥੇ ਜੰਡ ਸਾਹਿਬ, ਝਾੜ ਸਾਹਿਬ, ਮਾਛੀਵਾੜਾ, ਸਾਹਨੇਵਾਲ, ਕਟਾਣਾ ਸਾਹਿਬ ਤੋਂ ਹੁੰਦਾ ਹੋਇਆ ਆਲਮਗੀਰ ਪਹੁੰਚੇਗਾ, ਉੱਥੇ ਜਦੋਂ ਪਿੰਡਾਂ ਵਿੱਚ ਦੀ ਗੁਜਰਦਾ ਸੰਗਤਾਂ ਭੱਜ ਭੱਜ ਕੇ ਨਗਰ ਕੀਰਤਨ ਦੇ ਦਰਸ਼ਨ ਕਰਦੀਆਂ, ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੂੰ ਬਹੁਤ ਭਾਰੀ ਉਤਸ਼ਾਹ ਮਿਲਦਾ, ਬੜੀ ਭਾਵਨਾ ਤੇ ਬੜੀ ਸ਼ਰਧਾ ਦੇ ਨਾਲ ਸੰਗਤਾਂ ਆਉਂਦੀਆਂ ਅਤੇ ਜਿੱਥੇ ਸਤਿਗੁਰਾਂ ਦੇ ਦਰਸ਼ਨ ਹੁੰਦੇ ਆ ਉੱਥੇ ਜੋ ਸਤਿਗੁਰਾਂ ਦੇ ਸ਼ਸਤਰ ਹੈ, ਇਤਿਹਾਸਕ ਸ਼ਸਤਰ ਹੈ, ਉਹਨਾਂ ਦੇ ਵੀ ਦਰਸ਼ਨ ਜੋ ਸੰਗਤਾਂ ਕਰਦੀਆਂ, ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡਾ ਇਤਿਹਾਸ ਯਾਦ ਹੁੰਦਾ, ਸਾਡੇ ਲੋਕਾਂ ਨੂੰ ਸਾਡੇ ਗੁਰੂ ਦੇ ਪਰਉਪਕਾਰ ਉਹ ਯਾਦ ਆਉਂਦੇ ਆ। ਸੋ ਇਹ ਨਗਰ ਕੀਰਤਨ ਜੋ 16 ਤਰੀਕ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਸਮਾਪਤ ਹੋਣਾ, ਇਸ ਨੇ 580 ਕਿਲੋਮੀਟਰ ਦਾ ਪੈਣਾ ਤੈਅ ਕਰਕੇ ਇਸ ਨੇ ਦਮਦਮਾ ਸਾਹਿਬ ਪਹੁੰਚਣਾ ਤੇ ਜਿੰਨੇ ਵੀ ਰਸਤੇ ਦੇ ਨਗਰ ਆਉਣਗੇ ਪਿੰਡ ਆਉਣਗੇ ਇਤਿਹਾਸਕ ਉਹਨਾਂ ਥਾਵਾਂ ਦੀ ਸੰਗਤ ਜਿਹੜੀ ਹੈ ਉਹਨਾਂ ਨੂੰ ਬਹੁਤ ਵੱਡੀਆਂ ਜੋ ਇਤਿਹਾਸਕ ਗੱਲਾਂ, ਇਤਿਹਾਸਕ ਡਰਾਮਾ ਜਿਹੜੀਆਂ ਉਹ ਯਾਦ ਹੋਣਗੀਆਂ ਜਿਨ੍ਹਾਂ ਤੋਂ ਬੜੀ ਵੱਡੀ ਪ੍ਰੇਰਨਾ ਮਿਲੇਗੀ। ਕਿੰਨਾ ਕੁ ਤੁਸੀਂ ਜ਼ਰੂਰੀ ਸਮਝਦੇ ਹੋ ਅਜੋਕੇ ਸਮੇਂ ਦੇ ਵਿੱਚ ਅਜਿਹੀਆਂ ਧਾਰਮਿਕ ਗਤੀਵਿਧੀਆਂ ਦਾ ਹੋਣਾ ਤਾਂ ਜੋ ਜਿਹੜੀਆਂ ਸਮਾਜ ਦੇ ਵਿੱਚ ਅਲਾਮਤਾਂ ਨੇ ਖਾਸ ਤੌਰ ਦੇ ਉੱਤੇ ਨੌਜਵਾਨ ਜਿਹੜੇ ਹੈ ਉਹ ਜਿਹੜੀਆਂ ਅਲਾਮਤਾਂ ਤੋਂ ਜਿਹੜੇ ਬਚ ਸਕਣ ਔਰ ਲੋਕਾਂ ਨੂੰ ਜਿਹੜੀ ਹੈ ਧਾਰਮਿਕ ਤੌਰ ਦੇ ਉੱਤੇ ਜਿਹੜੀ ਸੋਝੀ ਹੈ ਉਹ ਆ ਸਕਣ? ਦੇਖੋ ਇਹ ਸਭ ਤੋਂ ਅਹਿਮ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਜਦੋਂ ਅਸੀਂ ਅੱਜ ਸਾਡਾ ਸਮਾਜ ਜਿਹੜਾ ਉਹ ਆਪਣੇ ਅਖਲਾਕ ਤੋਂ ਗਿਰਦਾ ਜਾ ਰਿਹਾ, ਨਸ਼ਿਆਂ ਵੱਲ ਨੌਜਵਾਨ ਸਾਡੇ ਵੱਧਦੇ ਜਾ ਰਹੇ ਆ, ਅਸੀਂ ਝੂਠ ਤੂਫਾਨ ਅਤੇ ਆਪਣੇ ਜਾਤੀ ਮਫਾਦਾਂ ਵਾਸਤੇ ਧਰਮ ਨੂੰ ਦਾਅ ਤੇ ਲਾਉਂਦੇ ਹਾਂ, ਜਿਵੇਂ ਗੁਰਬਾਣੀ ਦਾ ਵੀ ਫਰਮਾ ਕੇ ਦੀਨ ਗਵਾਇਆ, ਦੁਨੀ ਸੋ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਮਾਣ ਚ ਆਪਣੇ ਹੱਥ, ਇਹ ਬਿਲਕੁਲ ਸਾਡੀ ਅੱਜ ਉਹ ਸਥਿਤੀ ਹੋਈ ਪਈ ਆ। ਇਹ ਤਾਂ ਇੱਕੋ ਹੀ ਹੱਲ ਹੈ ਕਿ ਅਸੀਂ ਆਪਣੇ ਗੁਰੂ ਨਾਲ ਜੁੜੀਏ, ਉਹ ਜੋੜਨ ਵਾਸਤੇ ਇਹ ਇੱਕ ਪ੍ਰੇਰਨਾਦਾਇਕ ਸਾਡੇ ਨਗਰ ਕੀਰਤਨ ਜਿਹੜੇ ਨੌਜਵਾਨਾਂ ਨੂੰ ਸੰਗਤਾਂ ਨੂੰ ਬਹੁਤ ਵੱਡੀ ਪ੍ਰੇਰਨਾ ਦੇ ਸਕਦੇ ਆ। ਬਿਲਕੁਲ ਇਹ ਅਜਿਹੀਆਂ ਗਤੀਵਿਧੀਆਂ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੀਆਂ ਨੇ
ਤੇ ਨੌਜਵਾਨ ਇਸ ਤੋਂ ਪ੍ਰੇਰਨਾ ਲੈ ਕੇ ਸਹੀ ਰਸਤੇ ਦੇ ਉੱਤੇ ਜਿਹੜੇ ਆ ਸਹੀ ਮਾਰਗ ਦੀ ਜਿਹੜੀ ਚੋਣ ਆ ਉਹ ਕਰ ਸਕਦੇ ਨੇ। ਤਾਂ ਅਜਿਹੇ ਨਗਰ ਕੀਰਤਨ ਜਦੋਂ ਪਿੰਡਾਂ ਦੇ ਵਿੱਚੋਂ ਲੰਘਦੇ ਨੇ, ਲੋਕਾਂ ਦੇ ਘਰਾਂ ਦੇ ਕੋਲੋਂ ਲੰਘਦੇ ਨੇ, ਤਾਂ ਲੋਕ ਜਿੱਥੇ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਸੀਸ ਝੁਕਾਉਂਦੇ ਨੇ, ਉੱਥੇ ਹੀ ਇਹਨਾਂ ਅਜਿਹੀਆਂ ਗਤੀਵਿਧੀਆਂ ਤੋਂ ਪ੍ਰੇਰਨਾ ਵੀ ਲੈਂਦੇ ਨੇ, ਬਾਣੀ ਦੇ ਨਾਲ ਬਾਣੇ ਦੇ ਨਾਲ ਜੁੜਨ ਦੀ ਜਿਹੜੀ ਪ੍ਰੇਰਨਾ ਉਹ ਵੀ ਜਿਹੜੀ ਆ ਉਹ ਮਿਲਦੀ ਹੈ ਅਜਿਹੀਆਂ ਗਤੀਵਿਧੀਆਂ ਤੋਂ। ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੰਗਤਾਂ ਨੇ ਜਿੱਥੇ ਇਸ ਨਗਰ ਕੀਰਤਨ ਦਾ ਹਿੱਸਾ ਬਣ ਗਏ ਨੇ, ਉੱਥੇ ਰਸਤੇ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜੀਆਂ ਸੰਗਤਾਂ ਦੇ ਵੱਲੋਂ ਲੰਗਰ ਵੀ ਜਿਹੜੇ ਲਗਾਏ ਗਏ ਨੇ, ਤੇ ਲੋਕ ਆਪਣੇ ਘਰਾਂ ਦੇ ਬਾਹਰ ਆਪਣੇ ਵਪਾਰਕ ਅਦਾਰਿਆਂ ਤੋਂ ਬਾਹਰ ਨਿਕਲ ਕੇ ਇਸ ਨਗਰ ਕੀਰਤਨ ਦਾ ਸਵਾਗਤ ਵੀ ਕਰ ਰਹੇ ਨੇ। ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਦਾ ਹਿੱਸਾ ਜਿਹੜੀਆਂ ਨੇ ਉਹ ਬਣ ਰਹੀਆਂ ਨੇ, ਤੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਬਣ ਕੇ ਆਪਣੇ ਆਪ ਨੂੰ ਵਡਭਾਗੀ ਜਿਹੜੀਆਂ ਮਹਿਸੂਸ ਕਰ ਰਹੀਆਂ ਨੇ, ਕਿਉਂਕਿ 10ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ, ਤੇ ਉਸ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਹੜਾ ਨਗਰ ਕੀਰਤਨ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਜਾ ਰਿਹਾ, ਵੱਡਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈਗਾ ਇਸ ਨਗਰ ਕੀਰਤਨ ਦਾ। ਤੇ ਨਗਰ ਕੀਰਤਨ ਦੇ ਨਾਲ ਨਾਲ ਪਾਲਕੀ ਸਾਹਿਬ ਦੇ ਪਿਛਲੇ ਪਾਸੇ ਸ਼ਸਤਰਾਂ ਦੇ ਵਾਲੀ ਜਿਹੜੀ ਹੈ ਜਿਹੜੇ ਇਤਿਹਾਸਿਕ ਸ਼ਸਤਰ ਨੇ ਉਹਨਾਂ ਦੇ ਦਰਸ਼ਨ ਵੀ ਜਿਹੜੇ ਸੰਗਤਾਂ ਨੂੰ ਜਿਹੜੇ ਉਹ ਕਰਵਾਏ ਜਾ ਰਹੇ ਹੈਗੇ ਹੈ। ਬਿਲਕੁਲ ਤੁਸੀਂ ਵੇਖ ਸਕਦੇ ਹੋ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੋਂ, ਸ਼ਹੀਦਾਂ ਦੀ ਉਸ ਪਵਿੱਤਰ ਧਰਤੀ ਤੇ ਇਹ ਨਗਰ ਕੀਰਤਨ ਜਿਹੜਾ ਉਹ ਲੰਘ ਰਿਹਾ ਹੈਗਾ, ਤੇ ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਨਗਰ ਕੀਰਤਨ ਦੇ ਦੌਰਾਨ। ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਸ਼ਮੂਲੀਅਤ ਕਰ ਰਹੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ, ਔਰ ਥਾਂ ਥਾਂ ਦੇ ਉੱਤੇ ਸੰਗਤਾਂ ਵੱਲੋਂ ਜਿਹੜੇ ਨੇ ਉਹ ਸਟਾਲ ਵੀ ਜਿਹੜੇ ਲਗਾਏ ਗਏ ਨੇ। ਤਾਂ ਸ਼ਰਧਾ ਭਾਵਨਾ ਉਤਸ਼ਾਹ ਜਿਹੜਾ ਉਹ ਸੰਗਤਾਂ ਦੇ ਵਿੱਚ ਵੱਡਾ ਜਿਹੜਾ ਦੇਖਣ ਨੂੰ ਮਿਲਿਆ ਇਸ ਨਗਰ ਕੀਰਤਨ ਦੇ ਦੌਰਾਨ। ਤੁਸੀਂ ਵੇਖ ਸਕਦੇ ਹੋ ਵੀ ਸੰਗਤਾਂ ਜਿਹੜੀਆਂ ਰਸਤੇ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ, ਸੰਗਤਾਂ ਨਤਮਸਤਕ ਹੋ ਰਹੀਆਂ ਨੇ, ਮੱਥਾ ਟੇਕ ਰਹੀਆਂ ਨੇ ਸੰਗਤਾਂ। ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਜਿਹੜੀ ਹੈ ਸੰਗਤਾਂ ਵੱਲੋਂ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਤੇ ਨਾਲ ਦੀ ਨਾਲ ਜਿਹੜੇ ਸ਼ਸਤਰਾਂ ਦੇ ਜਿਹੜੇ ਦਰਸ਼ਨ ਦਿਦਾਰੇ ਵੀ ਸੰਗਤਾਂ ਜਿਹੜੀਆਂ ਨੇ ਉਹ ਕਰ ਰਹੀਆਂ ਹੈਗੀਆਂ। ਤੇ ਸੰਗਤਾਂ ਥਾਂ ਥਾਂ ਦੇ ਉੱਤੇ, ਮੈਂ ਤੁਸੀਂ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਸੰਗਤਾਂ ਜਿਹੜੀਆਂ ਨੇ ਤੁਸੀਂ ਵੇਖ ਸਕਦੇ ਹੋ, ਸੰਗਤਾਂ ਦੇ ਵਿੱਚ ਸ਼ਰਧਾ ਜਿਹੜੀ ਤੁਸੀਂ ਦੇਖ ਸਕਦੇ ਹੋ, ਸੰਗਤਾਂ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਸੰਗਤਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ, ਪੰਜ ਪੈਰਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਉੱਤੇ ਜਿਹੜੀ ਹੈ ਉਹ ਫੁੱਲਾਂ ਦੀ ਵਰਖਾ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ। ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ, ਥਾਂ ਥਾਂ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਇਸ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਨੇ, ਨਗਰ ਕੀਰਤਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਰਹੀਆਂ ਨੇ ਸੰਗਤਾਂ। ਤੇ ਸੰਗਤਾਂ ਦੇ ਵਿੱਚ ਵੱਡਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲਿਆ, ਮਤਲਬ ਜੀ ਕਿਸ ਤਰ੍ਹਾਂ ਲੱਗਦਾ ਵੀ ਅੱਜ 10ਵੇਂ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਲੈ ਕੇ ਬਹੁਤ ਵਧੀਆ ਲੱਗਦਾ ਜੀ, ਖੁਸ਼ ਹੋਏ ਪਏ ਆ ਜੀ, ਚੰਗਾ ਉਪਰਾਲਾ ਨਗਰ। ਹਾਂਜੀ ਹਾਂਜੀ ਬਹੁਤ ਵਧੀਆ, ਪਹਿਲੀ ਵਾਰ ਆਇਆ ਬਹੁਤ ਵਧੀਆ ਲੱਗਿਆ ਜੀ ਨਗਰ ਕੀਰਤਨ। ਹਾਂਜੀ ਹਾਂਜੀ ਹੁਣ ਫੇਰ ਕਰਾਂਗੇ ਉੱਥੇ ਜਾ ਕੇ ਜੀ। ਠੰਡ ਹੋਣ ਦੇ ਬਾਵਜੂਦ ਵੀ ਨਿਕਲੇ ਹੋ? ਹਾਂਜੀ ਹਾਂਜੀ ਰਜਾਈਆਂ ਚ ਬੈਠੇ ਜਾ ਦੇਖੇ ਵੀ ਆ ਗਏ ਨਗਾਰਾ ਹੋਏ ਭੱਜ ਲੇ ਜੀ। ਮਤਲਬ ਕਿੱਦਾਂ ਲੱਗ ਰਿਹਾ? ਬਹੁਤ ਅੱਛਾ ਲੱਗਦਾ ਜੀ, ਬਹੁਤ ਵਧੀਆ ਲੱਗਦਾ ਜੀ, ਦਰਸ਼ਨ ਕਰਕੇ ਬਹੁਤ ਨਿਹਾਲ ਹੋ ਗਏ ਜੀ, ਸ਼ਸਤਰਾਂ ਦੇ ਵੀ ਦਰਸ਼ਨ ਹੋ ਗਏ ਜੀ, ਸ਼ਸਤਰਾਂ ਦੇ ਵੀ ਹੋ ਗਏ ਜੀ, ਬਹੁਤ ਚੰਗੇ ਲੱਗਦਾ ਦਾ ਪ੍ਰਾਲਾ ਲੱਗਦਾ ਸ਼੍ਰੋਮਣੀ ਕਮੇਟੀ ਦਾ, ਬਹੁਤ ਅੱਛਾ ਲੱਗਦਾ ਜੀ, ਬਹੁਤ ਚੰਗਾ ਲੱਗਦਾ ਜੀ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਡੇ ਘਾਟ ਸਾਡੇ ਕੋਲ ਆਏ ਹੈਗੇ, ਅਸੀਂ ਉਹਨਾਂ ਦਾ ਦਰਸ਼ਨ ਕਰਕੇ ਬਹੁਤ ਨਿਹਾਲ ਹੋ ਰਹੇ ਹਾਂ। ਸੰਗਤਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਉਤਸ਼ਾਹ ਸ਼ਰਧਾ ਭਾਵਨਾ ਸੰਗਤਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਮਾਤਾ ਜੀ ਕਿੱਦਾਂ ਦਾ ਲੱਗ ਰਿਹਾ ਨਗਰ ਕੀਰਤਨ? ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ, ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਸਜੇ, ਆਨੰਦਪੁਰ ਸਾਹਿਬ ਤੋਂ ਆਏ ਹਾਂ ਜੀ, ਮਹਾਰਾਜ ਸਾਰੀ ਸੰਗਤ ਤੇ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ। ਲੱਗਦਾ ਕਿੰਨੇ ਕੁ ਜ਼ਰੂਰੀ ਹੈ ਅਜਿਹੇ ਉਪਰਾਲੇ ਅੱਜ ਦੇ ਸਮੇਂ ਦੇ ਵਿੱਚ? ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਸੰਗਤ ਨੂੰ ਬੱਚਿਆਂ ਨੂੰ ਪ੍ਰੇਰਣਾ ਦੇਣੀ ਚਾਹੀਦੀ ਹੈ ਨਾ, ਇਸ ਰਸਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚੇ ਤੁਰੇ,
ਕਿੰਨੇ ਕਿੰਨੇ ਛੋਟੀ ਉਮਰ ਦੇ ਹਨਾ, 7 ਸਾਲ ਦੇ, 6 ਸਾਲ ਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਤੇ ਆਪਾਂ ਨੂੰ ਸੇਧ ਦੇਣੀ ਚਾਹੀਦੀ ਆਪਣੇ ਬੱਚਿਆਂ ਨੂੰ ਇਸ ਰਸਤੇ ਨੂੰ। ਅਜਿਹੇ ਉਪਰਾਲੇ ਹੁੰਦੇ ਆ ਜਾਂ ਅਜਿਹੇ ਨਗਰ ਕੀਰਤਨ ਘਰਾਂ ਦੇ ਕੋਲੋਂ ਲੰਘਦੇ ਆ ਆਪਾਂ ਦੇਖਦੇ ਹਾਂ ਤਾਂ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਉਹਨਾਂ ਨਗਰ ਕੀਰਤਨ ਤੋਂ, ਬੱਚੇ ਸਹੀ ਰਸਤੇ ਦੀ ਚੋਣ ਕਰਨ। ਹਾਂਜੀ, ਸਹੀ ਰਸਤੇ ਦੀ ਚੋਣ ਕਰਨੀ ਚਾਹੀਦੀ ਬੱਚਿਆਂ ਨੂੰ, ਹਨਾ, ਉਹਨਾਂ ਬਾਰੇ ਸੋਚਣਾ ਚਾਹੀਦਾ ਹੈ। ਸਾਡੇ ਵਾਸਤੇ ਜਿਹੜੀਆਂ ਕੁਰਬਾਨੀਆਂ ਦੇ ਕੇ ਗਏ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸੰਗਤਾਂ ਦੇ ਨਾਲ ਹੋਰ ਸੰਗਤਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਕਿਸ ਤਰ੍ਹਾਂ ਦੇਖਦੇ ਹੋ ਅਜਿਹੇ ਉਪਰਾਲਿਆਂ ਨੂੰ ਜਦੋਂ ਨਗਰ ਕੀਰਤਨ ਸਜਾਏ ਜਾਂਦੇ ਨੇ ਤਾਂ ਕਿੰਨੇ ਕੁ ਤੁਹਾਨੂੰ ਲੱਗਦਾ ਵੀ ਪ੍ਰੇਰਣਾਦਾਇਕ ਜਿਹੜੇ ਅਜਿਹੇ ਉਪਰਾਲੇ ਸਾਬਤ ਹੁੰਦੇ ਨੇ? ਬਹੁਤ ਸਾਰੇ ਉਪਰਾਲੇ ਸਾਬਤ ਹੁੰਦੇ ਆ, ਬਹੁਤ ਕੁਛ ਸਿੱਖਦੇ ਹਾਂ ਆਪਾਂ ਇੱਥੇ ਆ ਕੇ। ਦੁਨੀਆਂ ਦੇ ਵਿੱਚ ਹਰ ਇੱਕ ਚੀਜ਼ ਆ ਕਿ ਸਾਨੂੰ ਪਰਮਾਤਮਾ ਦਾ, ਛੋਟੀ ਜਨਰੇਸ਼ਨ ਨੂੰ ਸਭ ਨੂੰ ਪਤਾ ਲੱਗਦਾ ਹੈ ਕਿ ਹਾਂ ਕਿ ਵਾਹਿਗੁਰੂ ਕੋਈ ਚੀਜ਼ ਆ। ਅੱਜ ਕੱਲ੍ਹ ਨਿਊ ਜਨਰੇਸ਼ਨ ਨੂੰ ਨਹੀਂ ਪਤਾ ਹੈਗਾ, ਇੱਦਾਂ ਦਾ ਸਾਰਾ ਕੁਛ ਦੇਖ ਕੇ ਸਭ ਨੂੰ ਪਤਾ ਲੱਗ ਜਾਂਦਾ ਆ। ਇਤਿਹਾਸਿਕ ਸ਼ਸਤਰਾਂ ਦੇ ਵੀ ਜਿਹੜੇ ਦਰਸ਼ਨ ਆ ਉਹ ਹੋ ਗਏ? ਹਾਂਜੀ, ਉਹ ਹੋ ਚੁੱਕੇ ਆ, ਕਿਉਂਕਿ ਇੱਥੇ ਛੋਟੇ ਬੱਚਿਆਂ ਨੂੰ ਨਹੀਂ ਪਤਾ ਹੈਗਾ ਕਿ ਇਤਿਹਾਸ ਸ਼ਾਸਤਰ ਕੀ ਹੈਗੇ ਆ ਕੀ ਨਹੀਂ ਹੈਗੇ, ਬਟ ਹੁਣ ਪਤਾ ਲੱਗ ਚੁੱਕਿਆ ਹੈਗਾ ਕਿ ਹਾਂ ਸਭ ਕੁਛ ਹੈਗਾ ਕਿ ਮਹਾਰਾਜ ਦੇ ਨਾਂ ਦੇ ਨਾਂ ਤੇ ਹੈਗਾ। ਵੱਡਾ ਉਤਸ਼ਾਹ ਤੁਸੀਂ ਸੰਗਤਾਂ ਦੇ ਵਿੱਚ ਵੇਖ ਸਕਦੇ ਹੋ, ਉਤਸ਼ਾਹ ਦੀ ਕੋਈ ਕਮੀ ਨਹੀਂ ਹੈ, ਸ਼ਰਧਾ ਭਾਵਨਾ ਦੀ ਕੋਈ ਕਮੀ ਨਹੀਂ ਹੈ। ਮਾਤਾ ਜੀ, ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅਜਿਹੇ ਉਪਰਾਲਿਆਂ ਨੂੰ ਜਦੋਂ ਨਗਰ ਕੀਰਤਨ ਲੰਘ ਰਿਹਾ ਤਾਂ ਕਿੱਦਾਂ ਦਾ ਮਹਿਸੂਸ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਸਾਡੇ ਚਮਕੌਰ ਸਾਹਿਬ ਦਾ ਨਾਮ ਬਹੁਤ, ਆਪਣੇ ਬਾਬਾ ਧੰਨ ਧੰਨ, ਬਾਬਾ ਅਜੀਤ ਸਿੰਘ ਜੀ ਧੰਨ ਧੰਨ, ਬਾਬਾ ਜੁਝਾਰ ਸਿੰਘ ਜੀ ਧੰਨ ਧੰਨ, ਮਾਤਾ ਗੁਜਰ ਕੌਰ ਜੀ, ਮਾਤਾ ਧੰਨ ਧੰਨ, ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ, ਬਾਬਾ ਫਤਿਹ ਸਿੰਘ ਜੀ। ਸਾਡਾ ਇਹ ਚਮਕੌਰ ਸਾਹਿਬ ਜਿਹੜਾ ਮੇਨ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ, ਇਹ ਧੰਨ ਧੰਨ ਬਾਬਾ ਅਜੀਤ ਸਿੰਘ, ਧੰਨ ਧੰਨ ਬਾਬਾ ਜੁਝਾਰ ਸਿੰਘ, ਉਹਨਾਂ ਦੀ ਯਾਦ ਵਿੱਚ ਇਹ ਹੈਗਾ। ਇਹ ਸਾਰੇ ਹੁਣ ਦਸਵੇਂ ਪਾਤਸ਼ਾਹ ਦੀ ਯਾਦ ਦੇ ਵਿੱਚ ਉਹਨਾਂ ਦੇ ਗੁਰਪੁਰਬ ਨੂੰ, ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਦੋਂ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ, ਧਰਤੀ ਦੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਸਜਾਇਆ ਜਾ ਰਿਹਾ, ਤਾਂ ਕਿੱਦਾਂ ਲੱਗਿਆ? ਸਾਨੂੰ ਬਹੁਤ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ, ਸਾਨੂੰ ਇੰਨਾ ਵਧੀਆ ਲੱਗ ਰਿਹਾ ਕਿ ਇਹ ਹਰ ਵਾਰ ਇਹ ਉਪਰਾਲਾ ਹੋਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦਾ ਉਪਰਾਲਾ ਠੀਕ ਚੰਗਾ ਲੱਗਿਆ? ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਹ ਉਪਰਾਲਾ ਸਾਨੂੰ ਬਹੁਤ ਵਧੀਆ ਲੱਗਿਆ। ਹਾਂਜੀ, ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਤੁਸੀਂ ਵੇਖ ਸਕਦੇ ਹੋ, ਵੱਡੀ ਗਿਣਤੀ ਦੇ ਸੰਗਤਾਂ ਜਿਹੜੀਆਂ ਨੇ ਸ੍ਰੀ ਚਮਕੌਰ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਇਸ ਨਗਰ ਕੀਰਤਨ ਦੇ ਦੌਰਾਨ ਜਿਹੜੀਆਂ ਜੁੜੀਆਂ ਹੋਈਆਂ ਨੇ, ਤਾਂ ਇਸ ਇਹ ਪਾਲਕੀ ਸਾਹਿਬ ਵਾਲੀ ਜਿਹੜੀ, ਇਹ ਪਾਲਕੀ ਸਾਹਿਬ ਤੋਂ ਪਿੱਛੇ ਜਿਹੜੀ ਹੈ ਜਿਹੜੇ ਇਤਿਹਾਸਿਕ ਸ਼ਸਤਰ ਨੇ ਉਹ ਵੀ ਜਿਹੜੇ ਉਹਨਾਂ ਦੇ ਦਰਸ਼ਨ ਦੀਦਾਰੇ ਵੀ ਕਰਵਾਏ ਜਾ ਰਹੇ ਨੇ। ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਉਣਾ ਜਾਵਾਂਗੇ ਪਿੱਛੇ ਵੀ। ਇਸ ਤੋਂ ਇਲਾਵਾ ਨਗਰ ਕੀਰਤਨ ਜਿਹੜਾ ਉਹ ਚੱਲ ਰਿਹਾ ਹੈਗਾ, ਚਮਕੌਰ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਜਾ ਰਿਹਾ, ਪੰਜ ਪੈਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਹ ਹੇਠ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾ ਰਿਹਾ। ਇਹ ਬੱਸ ਤੁਸੀਂ ਵੇਖ ਸਕਦੇ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ, ਇਤਿਹਾਸਿਕ ਗੁਰੂ ਸਾਹਿਬਾਨਾਂ ਦੇ ਜਿਹੜੇ ਸ਼ਸਤਰ ਨੇ ਉਹਨਾਂ ਦੇ ਦਰਸ਼ਨ ਦੀਦਾਰੇ ਵੀ ਸੰਗਤਾਂ ਨੂੰ ਕਰਵਾਏ ਜਾ ਰਹੇ ਨੇ। ਇਤਿਹਾਸਿਕ ਸ਼ਸਤਰ ਜੋ ਇਸ ਬੱਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਜਾਏ ਗਏ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਹੋਵੇ, ਛੋਟੀ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਦੀ ਹੋਵੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਸਤਰ ਹੋਣ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰ ਹੋਣ, ਇਹ ਸਾਰੇ ਸ਼ਸਤਰਾਂ ਦੇ ਜਿਹੜੇ ਦਰਸ਼ਨ ਦੀਦਾਰੇ ਆ ਉਹ ਇੱਥੇ ਕਰਵਾਏ ਜਾ ਰਹੇ ਨੇ। ਬੱਸ ਜਿਹੜੀ ਹੈ ਸ਼ਸਤਰਾਂ ਵਾਲੀ ਨਾਲ ਚੱਲ ਰਹੀ ਹੈ, ਉਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵਾਹਨਾਂ ਦੇ ਉੱਤੇ ਸਵਾਰ ਹੋ ਕੇ ਜਿਹੜੀਆਂ ਸੰਗਤਾਂ ਨੇ, ਪੈਦਲ ਵੀ ਜਿਹੜੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਦਾ ਹਿੱਸਾ ਬਣ ਰਹੀਆਂ ਨੇ, ਤਾਂ ਤੁਸੀਂ ਵੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਦੇ ਜ਼ਰੀਏ ਦਰਸ਼ਨ ਦੀਦਾਰੇ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ, ਇਤਿਹਾਸਿਕ ਸ਼ਸਤਰਾਂ ਦੇ ਜਿਹੜੇ ਦਰਸ਼ਨ ਦੀਦਾਰੇ ਆ ਉਹ ਕਰਵਾਏ ਜਾ ਰਹੇ ਨੇ। ਤਾਂ ਜਿੱਥੋਂ ਵੀ ਨਗਰ ਕੀਰਤਨ ਲੰਘ ਰਿਹਾ, ਸੰਗਤਾਂ ਜਿਹੜੀਆਂ ਨੇ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦਾ ਹਿੱਸਾ ਬਣ ਰਹੀਆਂ ਨੇ, ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੀਆਂ ਨੇ, ਤੇ ਪ੍ਰੇਰਣਾਦਾਇਕ ਜਿਹੜੇ ਨੇ ਇਹ ਅਜਿਹੇ ਉਪਰਾਲੇ ਸਾਬਤ ਹੁੰਦੇ ਨੇ ਨੌਜਵਾਨਾਂ ਲਈ, ਖਾਸ ਤੌਰ ਦੇ ਉੱਤੇ ਪ੍ਰੇਰਣਾਦਾਇਕ ਜਿਹੜੇ ਨੇ ਇਹ ਉਪਰਾਲੇ ਸਾਬਤ ਹੁੰਦੇ ਨੇ।
ਆਪਣੇ ਧਰਮ ਦੇ ਨਾਲ ਜੁੜਨ ਦੇ ਲਈ, ਆਪਣੇ ਇਤਿਹਾਸ ਦੇ ਨਾਲ ਜੁੜਨ ਦੇ ਲਈ ਅਤੇ ਇਤਿਹਾਸਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਜਦੋਂ ਦਰਸ਼ਨ ਦੀਦਾਰੇ ਸੰਗਤਾਂ ਕਰਦੀਆਂ ਨੇ ਤਾਂ ਸੰਗਤਾਂ ਦੇ ਵਿੱਚ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਬਣਦਾ, ਸੰਗਤਾਂ ਦੀ ਸ਼ਰਧਾ ਭਾਵਨਾ ਜਿਹੜੀ ਆ ਉਹ ਦੇਖਣ ਨੂੰ ਬਣਦੀ ਹੈ। ਰਸਤੇ ਦੇ ਵਿੱਚ ਥਾਂ ਥਾਂ ਦੇ ਉੱਤੇ ਲੋਕ ਆਪਣੀਆਂ ਗੱਡੀਆਂ ਜਿਹੜੀਆਂ ਸਾਈਡ 'ਤੇ ਲਗਾ ਕੇ ਇਸ ਨਗਰ ਕੀਰਤਨ ਨੂੰ ਨਤਮਸਤਕ ਹੋ ਰਹੇ ਨੇ। ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਸੰਗਤਾਂ ਨੇ ਜਿਹੜੀਆਂ ਇਸ ਨਗਰ ਕੀਰਤਨ ਦਾ ਹਿੱਸਾ ਬਣਦੀਆਂ ਨੇ।
ਦਰਬਾਰੇ ਸਤਿ ਦਰਬਾਰ।